ਤਕਰੀਬਨ 4 ਕੁ ਦਹਾਕਿਆਂ ਪਹਿਲਾਂ ਪੰਜਾਬ ਦੇ ਵਿੱਚ ਭਿਆਨਕ ਭਿਆਨਕ ਬਿਮਾਰੀਆਂ ਨੇ ਜਨਮ ਲਿਆ ਕੈਂਸਰ ਵਰਗੀਆਂ ਕਈ ਅਹਜੀਆਂ ਬਿਮਾਰੀਆਂ ਨੇ ਜਿਹੜੀਆਂ ਕਿ ਹਰੀ ਕ੍ਰਾਂਤੀ ਤੋਂ ਬਾਅਦ ਜ਼ਿਆਦਾ ਪਨਪੀਆਂ ਨੇ ਜਿਸ ਦਾ ਵੱਡਾ ਕਾਰਨ ਜ਼ਿਆਦਾ ਰਸਾਇਣਕ ਖਾਤਾਂ ਪੰਜਾਬ ਦੀ ਧਰਤੀ ਦੇ ਵਿੱਚ ਬਰਤਨਾਂ ਦੱਸਿਆ ਗਿਆ ਹੈ ਲਗਾਤਾਰ ਜਿਹੜੇ ਕਿਸਾਨ ਨੇ ਜ਼ਿਆਦਾ ਰਸਾਇਣਿਕ ਖਾਦਾਂ ਵਰਤਦੇ ਨੇ ਜਿਸ ਤੋਂ ਬਾਅਦ ਜਿਹੜੀਆਂ ਕਈ ਬਿਆਨਕ ਬਿਮਾਰੀਆਂ ਨੇ ਉਹ ਜਨਮ ਲੈ ਰਹੀਆਂ ਨੇ ਪਰ ਅੱਜ ਤੁਹਾਨੂੰ ਇੱਕ ਅਜਿਹੇ ਕਿਸਾਨ ਦੇ ਨਾਲ ਮਿਲਵਾਉਣਾ ਚਾਹਾਂਗੇ ਜਿਹੜੇ ਆਪਣੇ ਖੇਤ ਦੇ ਵਿੱਚ ਹਰ ਇੱਕ ਤਰੀਕੇ ਦਾ ਫਲ ਫਰੂਟ ਪਸ਼ੂ ਜਾਂ ਕੋਈ ਵੀ ਸਬਜ਼ੀ ਕੋਈ ਵੀ ਅਨਾਜ ਬਿਨਾਂ ਕਿਸੇ ਰਸਾਇਣਿਕ ਖਾਦ ਤੋਂ ਆਰਗੈਨਿਕ ਤਰੀਕੇ ਦੇ ਨਾਲ ਬੀਜਦੇ ਨੇ ਪਹਿਲਾਂ ਤੁਹਾਨੂੰ ਮੈਂ ਇਹ ਤਸਵੀਰ ਦਿਖਾਉਂਗਾ ਕਿ ਡਾਕਟਰ ਮਾਨ ਨੇ ਜੋ ਸੰਗਰੂਰ ਦੇ ਰਹਿਣ ਵਾਲੇ ਨੇ ਉਹਨਾਂ ਨੇ ਆਪਣੇ ਖੇਤਾਂ ਦੇ ਵਿੱਚ ਕੇਲੇ ਬੀਜੇ ਹੋਏ ਨੇ ਤੁਹਾਨੂੰ ਇਸ ਤਰੀਕੇ ਨਾਲ ਲੱਗੂਗਾ ਕਿ ਤੁਸੀਂ ਕੇਰਲਾ ਦੀ ਜਿਹੜੀ ਤਸਵੀਰਾਂ ਦੇਖ ਸਕਦੇ ਹੋ ਤਾਂ ਕੇਰਲਾ ਦੇ ਵਾਂਗ ਲੰਬੇ-ਲੰਬੇ 4-4 ਫੁੱਟ ਲੰਬੇ ਜਿਹੜੇ ਗੁੱਛੇ ਨੇ ਉਹ ਤੁਹਾਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੇ ਪਰ ਉਹ ਵੀ ਬਿਨਾਂ ਕਿਸੇ ਰਸਾਇਣਕ ਖਾਦ ਦੇ ਤਾਂ ਡਾਕਟਰ ਮਾਨ ਨੇ ਆਪਣੇ ਖੇਤਾਂ ਦੇ ਵਿੱਚ ਇੱਕ ਸੋਹਣਾ ਖੂਬਸੂਰਤ ਛੋਟਾ ਜਿਹਾ ਇੱਕ ਫਾਰਮ ਹਾਊਸ ਵੀ ਬਣਾਇਆ ਹੋਇਆ ਉਹਦੀ ਵੀ ਤੁਹਾਨੂੰ ਤਸਵੀਰ ਦਿਖਾਉਂਗਾ ਕਿ ਸੋਹਣੇ ਤਰੀਕੇ ਦੇ ਨਾਲ ਜਿਹੜੇ ਡਾਕਟਰ ਮਾਨ ਨੇ ਇਸ ਜਗ੍ਹਾ ਤੇ ਪਰ ਰਹਿੰਦੇ ਨੇ ਦਿਨ ਦੇ ਵਿੱਚ 2 ਘੰਟੇ ਇਸ ਜਗ੍ਹਾ ਨੂੰ ਦਿੰਦੇ ਨੇ ਤੇ ਇਸ ਜਗ੍ਹਾ ਦੇ ਉੱਪਰ ਹਰ ਇੱਕ ਤਰੀਕੇ ਦੇ ਫਰੂਟ ਸਬਜ਼ੀਆਂ ਜਿਹੜੇ ਹੈਗੇ ਨੇ ਉਹ ਆਪ ਇਸ ਜਗ੍ਹਾ ਤੇ ਪਰ ਬੀਜਦੇ ਨੇ ਤਾਂ ਕਿੰਨਾ ਕੁ ਉਹਨਾਂ ਨੂੰ ਕਮਾਈ ਹੋ ਰਹੀ ਹੈ ਕਿੰਨੀ ਕੁ ਮਨ ਨੂੰ ਸ਼ਾਂਤੀ ਮਿਲਦੀ ਹੈ ਹਰ ਇੱਕ ਗੱਲਬਾਤ ਵੀ ਕਰਾਂਗੇ ਡਾਕਟਰ ਸਾਹਿਬ ਹਾਂ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਅਰਸਾਇਨਿਕ ਖਾਦਾਂ ਨੂੰ ਛੱਡ ਕੇ ਤੁਸੀਂ ਆਰਗੈਨਿਕ ਵੱਲ ਵੱਧ ਰਹੇ ਹੋ ਤੇ ਹਰ ਇੱਕ ਚੀਜ਼ ਆਰਗੈਨਿਕ ਤਰੀਕੇ ਨਾਲ ਆਪਣੇ ਖੇਤ ਦੇ ਵਿੱਚ ਬੀਜ ਰਹੇ ਹੋ ਹਾਂ ਮਨ ਨੂੰ ਤਾਂ ਅਥਾ ਸ਼ਾਂਤੀ ਹੈ ਜੀ ਪੂਰਾ ਸ਼ੁੱਧ ਹਰ ਚੀਜ਼ ਪਰਿਵਾਰ ਨੂੰ ਖਾਣ ਨੂੰ ਮਿਲ ਰਹੀ ਹੈ ਤੇ ਜਿਹੜਾ ਹੈਗਾ ਬਿਮਾਰੀਆਂ ਤੋਂ ਵੱਡੇ ਪੱਧਰ ਤੇ ਆਪ ਦਾ ਵੀ ਲੋਕਾਂ ਦਾ ਵੀ ਬਚਾਅ ਹੋ ਰਿਹਾ ਹੈ ਤੇ ਕਿਸਾਨ ਵੀਰਾਂ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਕੁਝ ਵੀ ਆ ਕੇ ਦੇਖ ਲਓ ਸਾਰਾ ਬਿਨਾ ਰੇ ਸਪਰੇਅ ਤੋਂ ਬੀਜਿਆ ਹੋਇਆ ਜੀ ਘਾਈਵਲ ਗਾਈਆਂ ਰੱਖੀਆਂ ਹੋਈਆਂ ਨੇ ਉਹਨਾਂ ਲਈ ਚਾਰਾ ਹਰਾ ਕਦੇ ਵੀ ਰੇ ਸਪਰੇ ਨਹੀਂ ਵਰਤੇ ਉਹ ਕਿੰਨੇ ਤਰ੍ਹਾਂ ਦੇ ਹਰ ਤਰ੍ਹਾਂ ਦੇ 15 ਕੁ ਤਰ੍ਹਾਂ ਦੇ 10-10 ਫਰੂਟ ਪਲਾਂਟ ਲਾਏ ਨੇ ਕੇਲੇ ਤੁਸੀਂ ਦੇਖੇ ਨੇ ਆਂ ਅਮਰੂਦ ਨੇ ਕਦੇ ਵੀ ਅਮਰੂਦ ਕਾਣਾ ਨਹੀਂ ਹੋਇਆ ਹਲਦੀ ਲਾਈ ਹੋਈ ਹੈ ਦੇਸੀ ਕਪਾਹ ਲਾਈ ਸੀ ਬਾਸਮਤੀ 1847 ਲਾਈ ਸੀ ਸਬਜ਼ੀਆਂ ਲਈ ਇੱਕ ਕਨਾਲ ਛੱਡਿਆ ਹੋਇਆ ਹੁਣ ਕਣਕ ਬੀਜ ਰਹੇ ਆ 826 ਲੇਟੈਸਟ ਵੈਰਾਈਟੀ ਹੈ ਜਿਹੜੀ ਸਰੋਂ ਬੀਜਤੀ ਹੈ ਤੇ ਨਾਲ ਉਹਦੇ ਕਾਲੇ ਛੋਲੇ ਚਿੱਟੇ ਛੋਲੇ ਮਾਸਰ ਬੀਜਨੇ ਆ ਤਾਂਸ ਮਲਟੀਪਲ ਕ੍ਰੌਪਸ ਲਾਉਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਪਰ ਬਿਲਕੁਲ ਡਾਕਟਰ ਸਾਹਿਬ ਆਪਾਂ ਗੱਲਬਾਤ ਵੀ ਕਰਾਂਗੇ ਰੱਖ ਦੋ ਆਹ ਤੇ ਇੱਕ ਤਾਂ ਸਾਡਾ ਮਕਸਦ ਸਮਝਾਉਣਾ ਕਿਉਂਕਿ ਜਿਹੜੇ ਕਿਸਾਨ ਨੇ ਕਿਸਾਨਾਂ ਦੀ ਇੱਕੋ ਇੱਕ ਸਭ ਤੋਂ ਵੱਡੀ ਸਮੱਸਿਆ ਹੈ ਕਿ ਸਾਨੂੰ ਹੱਲ ਕਿਵੇਂ ਨਿਕਲੇ ਹਰ ਇੱਕ ਚੀਜ਼ ਦਾ ਹੱਲ ਕਿਵੇਂ ਨਿਕਲੇ ਪਹਿਲਾਂ ਪਹਿਲਾਂ ਇਹ ਤਸਵੀਰ ਵੀ ਦਿਖਾਉਨੇ ਆ ਕਿ ਹੁਣ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਸਮੱਸਿਆ ਪਰਾਲੀ ਦੀ ਆ ਪਰ ਡਾਕਟਰ ਸਾਹਿਬ ਨੇ ਜਿਹੜੀ ਸਮੱਸਿਆ ਪਰਾਲੀ ਆ ਉਹ ਤੋਂ ਵੀ ਸੁੱਕਾ ਜਿਹੜਾ ਪਸ਼ੂਆਂ ਦਾ ਚਾਰਾ ਉਹ ਬਣਾ ਲਿਆ ਤੂੜੀ ਬਣਾ ਲਈ ਡਾਕਟਰ ਸਾਹਿਬ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਹਾਂਜੀ ਇਹ ਤੂੜੀ ਜੀ ਅਸੀਂ ਬਣਾਈਏ ਪਿਛਲੇ ਸਾਲ ਵੀ ਖਵਾਈ ਸੀ ਇਹ ਭਰਮ ਕੱਢਣ ਲਈ ਕਿ ਆਪ ਦੀਆਂ ਸ਼ਾਇਦ ਪ੍ਰਾਈਵੇਟ ਸਾਹੀਬਾ ਲਗਾਈਆਂ ਨੂੰ ਨਹੀਂ ਖਵਾਉਣਗੇ ਗਊਸ਼ਾਲਾ ਸੱਟਿਆ ਔਰ ਉਹ ਤੋਂ ਦੁੱਧ ਦੀ ਦੁੱਧ ਵੀ ਵਧਿਆ ਫੈਟ ਕੰਟੈਂਟ ਵੀ ਵਧਿਆ ਇਹ ਹੁਣ ਸਮੱਸਿਆ ਨਹੀਂ ਹੈਗੀ ਨਾ ਸਮੱਸਿਆ ਨਹੀਂ ਜੀ ਤੂੜੀ ਬਣਵਾ ਲਈ ਉਹ ਸਾਹਮਣੇ ਢੇਰ ਹੈ ਹਰ ਫਸਲ ਦੀ ਸੀ ਮਲਚਿੰਗ ਕਰਦੇ ਆ ਤਾਂ ਕਿ ਕੋਈ ਨਦੀਨ ਨਹੀਂ ਉਗਦੇ ਨਦੀਨ ਨਾਸ ਕਰਨੀ ਪਉਣੀ ਪੈਂਦੀ ਅਸੀਂ ਇੱਕ ਐਫਪੀਓ ਬਣਾਈ ਹੈ ਨਵੀਂ ਚੀਜ਼ ਉਦਮੀ ਐ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਪੰਜਾਬ ਚ ਪਹਿਲੀ ਐ ਜਿਹਨੂੰ ਕੋਆਪਰੇਟਿਵ ਸੁਸਾਇਟੀ ਦੇ ਬਰਾਬਰ ਮਾਨਤਾ ਹੁੰਦੀ ਐ ਪ੍ਰਾਈਵੇਟ ਐ ਤੁਹਾਡੀ ਬੰਦਿਆਂ ਦੀ 10 80 ਉਹਦੇ ਚ ਡਾਇਰੈਕਟਰ ਆ ਮਤਲਬ ਤੇ ਮੈਂ ਚੇਅਰਮੈਨ ਆ ਉਹਦਾ ਉਹਦੇ ਬਲੋ ਅਸੀਂ ਸਰਫੇ ਸੀਡ ਖਰੀਦ ਲਿਆ ਅਸੀਂ ਬਾਰ-ਬਾਰ ਲਿਖ ਰਿਹਾ ਮੈਂ ਸਾਰੇ ਐਸਡੀਐਮ ਸਾਹਿਬਾਨ ਨੂੰ ਲਿਖਿਆ ਹੈ ਏਡੀਸੀ ਸਾਹਿਬ ਨੂੰ ਡੀ ਸਾਹਿਬ ਨੂੰ ਕਿ ਜੇ ਕੋਈ ਕਿਸਾਨ ਫਰੀ ਵੀ ਲੈ ਕੇ ਜਾਣਾ ਚਾਹੁੰਦਾ ਸੀ ਉਹਨੂੰ ਤਾਂ ਕੁਝ ਵੀ ਲੈਂਣ ਨੂੰ ਤਿਆਰ ਨਹੀਂ ਆ ਆਪ ਦਾ ਟਰੈਕਟਰ ਪਾ ਕੇ ਲੈ ਜਾਣ ਉਹ ਬੀਜ ਦਾ ਵੀ ਜਾਂਦਾ ਜੀ ਕਣਕ ਨੂੰ ਵਿੱਚੇ ਰੇਹ ਪਾਉਣੀ ਹੈ ਰੇਹ ਵੀ ਪੈਂਦੀ ਹੈ ਤੇ ਥੱਲੇ ਕਟੜਾ ਲੱਗਿਆ ਹੋਇਆ ਸ਼ਰੇਡਰ ਲੱਗਿਆ ਹੋਇਆ ਦੇ ਪਰਾਲੀ ਨੂੰ ਕੁੱਤਰ ਦਿੰਦਾ ਸਾਰਾ 500-700 ਰੁਪਏ ਦਾ ਏਕੜ ਦਾ ਖਰਚਾ ਜੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਤੁਸੀਂ ਗੱਲ ਕਹਿ ਰਹੇ ਹੋ ਕਿ ਰਸਾਇਣਿਕ ਖਾਦਾਂ ਦੀ ਜ਼ਰੂਰਤ ਨਹੀਂ ਹੈਗੀ ਆ ਪਹਿਲਾਂ ਇੱਧਰ ਤਸਵੀਰਾਂ ਦਿਖਾਈਆਂ ਨੇ ਕਿ ਰਸਾਇਣਿਕ ਖਾਦਾਂ ਦੀ ਜ਼ਰੂਰਤ ਨਹੀਂ ਜਦੋਂ ਨਦੀਨਾ ਜਾਂ ਕੀੜਿਆਂ ਦਾ ਨਿਪਟਾਰਾ ਕਰਨਾ ਤਾਂ ਅਸੀਂ ਆਰਗੈਨਿਕ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਨੇ ਦਵਾਈਆਂ ਨੇ ਬਣਾ ਸਕਦੇ ਆ ਤਾਂ ਇਹ ਚੀਜ਼ ਬਾਰੇ ਸਮਝਾਓ ਜਿਹੜੇ ਤੁਸੀਂ ਉਹਰੇ ਵੱਡੇ ਵੱਡੇ ਡਰਮਰ ਰੱਖੇ ਹੋਏ ਨੇ ਇਹਦੇ ਵਿੱਚ ਕਿਹੜੀ ਕਿਹੜੀ ਤੁਸੀਂ ਜਿਹੜੀ ਆਰਗੈਨਿਕ ਖਾਦਾ ਕਿਸ ਤਰੀਕੇ ਨਾਲ ਤਿਆਰ ਕਰਦੇ ਹੋ ਇਹ ਪਹਿਲਾ ਆ ਗਿਆ ਜੀ 2.5 2.5 ਇੱਕ ਦਾ ਫਾਰਮੂਲਾ ਦੇਖੋ 2.5 ਕਿਲੋ ਸਰੋਂ ਦੀ ਖਾਲ ਉਹ ਤੁਹਾਡੇ ਖੇਤ ਸਰੋਂ ਲਾਈ ਆ ਮੁਫਤ ਚ ਹੈ 2.5 ਕਿਲੋ ਪਾਥੀਆਂ ਦੀ ਸਵਾ ਪਾਥੀਆਂ ਪੱਥੀਆਂ ਪਈਆਂ ਨੇ ਉਹ ਮੁਫਤ ਚ ਹੈ 1 ਕਿਲੋ ਕਲੀ ਚੂਨਾ ਖਰੀਦਣਾ ਪੈਂਦਾ ਹੈ ਇਹ ਇੰਨਾ ਕੁ ਜ਼ਬਰਦਸਤ ਗਰੋਥ ਪ੍ਰੋਮੋਟਰ ਹੈ ਜੀ ਗੁਰਪ੍ਰੀਤ ਸਿੰਘ ਦਾਬੜੀ ਖਾਨਾ ਇਹਦਾ ਬਹੁਤ ਪ੍ਰਚਾਰ ਕਰਦਾ ਉਹਨਾਂ ਨੇ ਇਹ ਕਾਰਡ ਕੱਢੀ ਹੈ ਬਹੁਤ ਜ਼ਿਆਦਾ ਤੁਹਾਨੂੰ ਰਹਿ ਪਾਉਣ ਦੀ ਲੋੜ ਹੀ ਨਹੀਂ ਕੋਈ ਇਹ ਊਰਜਾ ਜਲ ਆ ਗਿਆ ਤਾਰਾ ਚੰਦ ਬੇਲ ਜੀ ਇੱਕ ਟੈਕਨੀਕ ਹੈ ਕਿ ਅਗਨੀ ਹੋਤਰਾ ਦੇ ਵਿੱਚ ਪਾਥੀਆਂ ਗਊਆਂ ਦੀਆਂ ਜਲਾਓ ਉਹ ਰਾਖ ਬਣਦੀ ਹੈ ਰਾਖ ਦੇ ਵਿੱਚ ਫੜਕੜੀ ਪਕੋਲ ਕੇ ਇਹ ਇੰਨਾ ਕੁ ਜ਼ਿਆਦਾ ਆ ਫਰੂਟ ਪਲਾਂਟ ਦੇ ਵਿੱਚ ਸਬਜ਼ੀਆਂ ਜਾਂ ਹੋਰ ਸਬਜ਼ੀਆਂ ਫਸਲਾਂ ਤੇ ਛਿੜਕਣ ਲਈ ਇਹ ਆ ਗਿਆ ਜੀ ਪਾਥੀਆਂ ਦਾ ਪਾਣੀ ਜਿਹੜਾ ਸਾਨੂੰ ਖੇਤੀ ਪ੍ਰਾਤ ਮਿਸ਼ਨ ਕਦੋਂ ਤੋਂ ਦੱਸਣ ਲੱਗਿਆ ਹੋਇਆ ਹੈ ਕਿ ਪਾਥੀਆਂ ਪਾਥਲੀਆਂ ਪਈਆਂ ਵੱਡੇ ਪੱਦਰ ਦੇ ਪੱਥੀਆਂ ਇਹਨਾਂ ਨੂੰ ਪਾਣੀ 'ਚ ਘੋਲ ਦਿਓ ਦੇਸੋ ਖਰਚਾ ਕੀ ਆਇਆ ਸਰ ਪ੍ਰੈਸਟੀਸਾਈਡ ਤਾਂ ਬਹੁਤ ਮਹਿੰਗੇ ਨੇ ਤੇ ਉਹ ਕਿਤੇ ਨਾ ਕਿਤੇ ਜਦੋਂ ਆਪਾਂ ਛਲਕਾਓ ਕਰਦੇ ਆ ਆਪਣਾ ਵੀ ਨੁਕਸਾਨ ਹੋ ਕਰ ਸਕਦੇ ਆ ਆਪਦਾ ਵੀ ਨੁਕਸਾਨ ਹੈ ਤੇ ਦੂਜਿਆਂ ਨੂੰ ਜ਼ਹਿਰ ਖਵਾਉਂਦੇ ਆ ਕਿਸਾਨਾਂ ਤੋਂ ਨਾ ਦੀ ਭੋਲੇ ਭਾ ਬਹੁਤ ਜ਼ਹਿਰ ਪਵਾ ਦਿੱਤੀ ਗਈ ਤੇ ਲੋੜ ਹੈ ਕਿਸਾਨ ਵੀਰਾਂ ਨੂੰ ਇਹਦੇ ਚੋਂ ਬਾਹਰ ਨਿਕਲਣ ਦੀ ਅਸੀਂ ਆਪ ਕਿੰਨੀਆਂ ਬਿਮਾਰੀਆਂ ਤੋਂ بچਾਂਗੇ ਦੂਜਿਆਂ ਨੂੰ ਬਚਾਉਨੇ ਆ ਹੁਣੁੱਧ ਦੁੱਧ ਦਿੰਨੇ ਆ ਸ਼ੁੱਧ ਆਜੋ ਪਹਿਲਾਂ ਤੁਹਾਡੇ ਨਾਲ ਆਪਾਂ ਗਾਇਆਂ ਵੀ ਦੇਖਦੇ ਆ ਉਹ ਚੀਜ਼ ਬਾਰੇ ਵੀ ਆਪਾਂ ਨੂੰ ਜਿਹੜੀ ਨੌਲੇਜ ਆ ਉਹ ਮਿਲੂਗੀ ਤੇ ਇੱਕ ਹੋਰ ਜੀ ਦੱਸੋ ਡਾਕਟਰ ਸਾਹਿਬ ਜਿਵੇਂ ਅਮਰੀਕਨ ਗਊਆਂ ਦਾ ਜਿਹੜਾ ਦੱਸਿਆ ਜਾਂਦਾ ਕਿ ਜਿਹੜੀਆਂ ਅਮਰੀਕਨ ਗਊਆਂ ਨੇ ਅਮਰੀਕਨ ਗਊਆਂ ਕਾਫੀ ਜ਼ਿਆਦਾ ਲੋਕ ਕਹਿੰਦੇ ਸੀ ਕਿ ਜਿਹੜੇ ਦੇਸੀ ਗਊਆਂ ਨੇ ਦੇਸੀ ਤੋਂ ਜ਼ਿਆਦਾ ਜੀ ਵਧੀਆ ਅਮਰੀਕਨ ਜਿਹੜੀਆਂ ਗਊਆਂ ਦੀ ਨਸਲ ਆਈ ਸੀ ਉਹ ਆ ਪਰ ਤੁਸੀਂ ਹੁਣ ਦੁਬਾਰਾ ਕਹਿ ਰਹੇ ਹੋ ਕਿ ਜਿਹੜੇ ਸ਼ਾਹੀਵਾਲ ਗਊਆਂ ਨੇ ਉਹਨਾਂ ਵਰਗੀ ਗਰੀਸ ਨਹੀਂ ਇਹਨਾਂ ਦੇ ਦੁੱਧ ਵਰਗੀ ਗਰੀਸ ਨਹੀਂ ਇਹ ਚੀਜ਼ ਦਾ ਕੀ ਫਰਕ ਆ ਜੀ ਹਾਂਜੀ ਜਿਵੇਂ ਫਸਲਾਂ 'ਚ ਜ਼ਹਿਰਾਂ ਪਵਾ ਦੀਆਂ ਨਾ ਜੀ ਫਸਲਾਂ ਦਾ ਝਾੜ ਵਧਾਉਣ ਲਈ ਪਰ ਕਿਸਾਨਾਂ ਦੇ ਪੱਲੇ ਤਾਂ ਖੁਦਕਸ਼ੀਆਂ ਨੇ ਫੇਰ ਵੀ ਆਈ ਗਾਈਆਂ ਰਖਾ ਕੇ ਉਹ 2 ਜਾਂ 3 ਸਾਲਾਂ ਬਾਅਦ ਫੰਡਰ ਹੋ ਜਾਂਦੀਆਂ ਨੇ ਫੇਰ ਸੜਕਾਂ ਦੇ ਫਿਰਦੀਆਂ ਨੇ ਫੇਰ ਉਹਨਾਂ ਨੂੰ ਬਿਮਾਰੀਆਂ ਇਨੀਆਂ ਲੱਗਦੀਆਂ ਨੇ ਟੀਕੇ ਦਵਾਈਆਂ ਦੇਣੀਆਂ ਪੈਂਦੀਆਂ ਨੇ ਇਹਨਾਂ ਨੂੰ ਕੋਈ ਬਿਮਾਰੀ ਇਹਨਾਂ ਨੂੰ ਕੋਈ ਬਿਮਾਰੀ ਨਹੀਂ ਕਦੇ ਲੱਗੀ ਰੀਅਲੀ 3 ਸਾਲ ਹੋ ਗਏ ਕਦੇ ਪੱਖਾ ਨਹੀਂ ਲਾਉਣਾ ਪਿਆ ਕਦੇ ਸਰਦੀਆਂ ਚ ਹੀਟ ਨਹੀਂ ਦੇਣੀ ਪਈ ਉਹਨਾਂ ਲਈ ਪੱਖੇ কুলਰ ਲਾਉਣੇ ਪੈਂਦੇ ਤੁਹਾਨੂੰ ਉਹ ਵੀ ਜੋ ਵਾਤਾਵਰਣ ਮੁਤਾਬਕ ਹਨ ਜੀ ਜਿਵੇਂ ਸਬਜ਼ੀਆਂ ਅਸੀਂ ਦੇਸੀ ਬੀਜ ਲੱਭ ਕੇ ਬੀਜਦੇ ਹਮੇਸ਼ਾ ਦੂਜੇ ਵੀ ਦੇਸੀ ਬੀਜ ਲੱਭ ਕੇ ਜਿਹੜੀਆਂ ਦੇਸੀ ਚੀਜ਼ਾਂ ਨੇ ਦੇਸੀ ਜਾਨਵਰ ਨੇ ਉਹ ਉਹੀ ਵਧੀਆ ਕੰਮਜਾਬ ਨੇ ਸਾਡੀ ਸਿਹਤ ਲਈ ਵੀ ਉਹੀ ਗੁਣਕਾਰੀ ਨੇ ਵੀ ਜੋ ਭਾਰਤੀ ਨਸਲਾਂ ਹੈਗੀਆਂ ਨੇ ਉਹੀ ਗੁਣਕਾਰੀ ਨੇ ਉਹਨਾਂ ਦੇ ਦੁੱਧ ਦੁੱਧ ਦਾ ਡਾਕਟਰ ਕਿੰਨਾ ਫਰਕ ਦੁੱਧਾ ਕੋਈ ਗੱਲ ਨਹੀਂ ਜੀ ਉਦਾਂ ਵਾਹਦਾ ਮਹਿੰਗਾ ਲੈ ਲੈਂਦੇ ਆ ਲੋਕ ਲੋਕਾਂ ਨੂੰ ਮਿਲਦਾ ਨਹੀਂ ਅੱਜ ਕੱਲ੍ਹ ਜਾਹਰ ਵਾਲਾ ਦੁੱਧ ਬਹੁਤ ਮਿਲਦਾ ਹਨਾ ਅਗਰ ਆਪਾਂ ਕਈ ਬੈਦਾਂ ਨੂੰ ਸੁਣਦੇ ਆ ਉਹ ਵੀ ਕਹਿੰਦੇ ਨੇ ਵੀ ਦੇਸੀ ਗਊ ਦਾ ਕਿ ਉਹ ਦੇਸੀ ਗਊ ਦਾ ਦੁੱਧ ਉਹਦੇ ਨਾਲ ਸਾਡੀ ਦਵਾਈ ਖਾਓ ਭਾਵ ਜਿਹੜੀ ਤਾਕਤ ਇਹਦੇ ਵਿੱਚ ਆ ਉਹ ਕਿਸੇ ਹੋਰ ਚੀਜ਼ 'ਚ ਨਹੀਂ ਹੈਗੇ ਨਹੀਂ ਜੀ ਹਾਂ ਨਹੀਂ ਹੈਗੀ ਹਨਾ ਔਰ ਪੀਣ ਚ ਇੰਨਾ ਸ਼ੁ ਮੇਰੇ ਦੋਸਤ ਨੇ ਐਡਵੋਕੇਟ ਕਮਲਨਦ ਉਹਨਾਂ ਨੇ ਹੁਣੀ ਲਵਾਇਆ 15 ਦਿਨ ਪਹਿਲਾਂ ਤੇ ਉਹਨਾਂ ਦਾ ਮੈਸੇਜ ਆਇਆ ਕਿ ਡਾਕਟਰ ਮਨ ਅੱਜ ਤੋਂ 20 ਸਾਲ ਪਹਿਲਾਂ ਇਦਾਂ ਦਾ ਸ਼ੁੱਧ ਦੁੱਧ ਟੇਸਟ ਵਾਲਾ ਪੀਤਾ ਹੋਗਾ ਕੋਈ ਅਸੀਂ ਸਾਡੇ ਘਰੇ ਵੀ ਇਹੀ ਗੱਲ ਹੁੰਦੀ ਹੈ ਕਿ ਅਸੀਂ 385 ਤੋਂ 100 ਗਰੂਰ ਆਏ ਹੋਇਆ ਕੋਈ 30 ਦੁੱਧ ਹੀ ਬਦਲਤੇ ਹੁਣ ਕਿ ਕਿਸੇ ਦਾ ਦੁੱਧ ਸਵਾਦ ਹੀ ਨਹੀਂ ਹੁੰਦਾ ਸੀ ਹੁਣ ਇੰਨਾ ਜ਼ਿਆਦਾ ਸਵਾਦ ਹੈ ਜੀ ਇਹ ਨਾਲ ਔਰਗੈਨਿਕ ਦਾ ਔਰਗੈਨਿਕ ਕਮਾਈ ਦੀ ਕਮਾਈ ਮੈਨੂੰ ਤੁਸੀਂ ਦੱਸਿਆ ਸੀ ਜਿਵੇਂ ਪਹਿਲਾਂ ਵੀ ਰੇਟ ਵੀ ਇਹ ਲਗਭਗ ਦੁੱਗਣੇ ਦੇ ਲਗਭਗ 95 ਰੁਪਏ ਕਿਲੋ ਜੀ ਹੱਸ ਕੇ ਲੈਂਦੇ ਨੇ ਲੋਕ ਜਦੋਂ ਤਾਂ ਆਮ 50 55 ਵਿਕਦਾ ਜਿਹੜਾ ਹਾਂਜੀ 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 ਇਹ ਸੀਗਾ ਨਾ ਤੇ ਥੋੜਾ ਥੋੜੀਆਂ ਸਬਜ਼ੀਆਂ ਵੀ ਦਿਖਾਓ ਮੈਨੂੰ ਕਿਉਂਕਿ ਤੁਸੀਂ ਜਿਵੇਂ ਦੱਸਿਆ ਵੀ ਹਰ ਇੱਕ ਕਿਸਮ ਦੀ ਸਬਜ਼ੀ ਹਰ ਕਿਸਮ ਦਾ ਫਰੂਟ ਤੁਸੀਂ ਆਰਗੈਨਿਕ ਵੀਜੇ ਹੋਇਆ ਤਾਂ ਇਹ ਚੀਜ਼ਾਂ ਨੂੰ ਫੜ ਲੈਣ ਦੇ ਲਈ ਝਾੜ ਲੈਣ ਦੇ ਲਈ ਨਹੀਂ ਆਪਾਂ ਨੂੰ ਕਿਸੇ ਹੋਰ ਪ੍ਰੈਸ਼ਰ ਸਰ ਦੇ ਜ਼ਰੂਰਤ ਪੈਂਦੀ ਨਹੀਂ ਨਾ ਬਿਲਕੁਲ ਨਹੀਂ ਜੀ ਕਦੇ ਵੀ ਕੋਈ ਰੇ ਨਹੀਂ ਪਾਈ ਕੋਈ ਉੱਪਰ ਦਾ ਸਿਰ ਕਰਨ ਦਾ ਮਤਲਬ ਹੀ ਨਹੀਂ ਨਾ ਜੀ ਕੋਈ ਵੀ ਚੀਜ਼ ਜਦੋਂ ਤੁਸੀਂ ਆਰਗੈਨਿਕ ਵੀਚਦੇ ਹੋ ਨਾ ਜੀ ਫਿਰ ਉਹ ਬਿਮਾਰੀ ਲੱਗਣੋਂ हट ਜਾਂਦੀ ਹੈ ਇਵੇਂ ਸਾਡੇ ਅਨਾਰ ਨੇ ਸਾਰੇ ਕਿਸਾਨ ਕਹਿੰਦੇ ਨੇ ਵੀ ਸਾਡੇ ਕਾਣੇ ਹੁੰਦੇ ਨੇ ਫਰੂਟ ਫਲਾਈ ਟਰੈਪ ਲਾ ਦਿਓ ਡਾਕਟਰ ਮਾਨਾ ਸੀ ਉਹ ਵੀ ਨਹੀਂ ਲਾਇਆ ਔਰ ਇੱਕ ਵੀ ਅੰਬੂਦ ਕਾਣਾ ਨਹੀਂ ਹੋਇਆ ਸੰਤਰੇ ਲੱਗੇ ਹੋਏ ਨੇ ਇਕੱਲੇ ਤੁਹਾਡੇ ਸਾਹਮਣੇ ਨੇ ਕਿਉਂ ਜੇ ਤੁਸੀਂ ਆਰਗੈਨਿਕ ਰੱਖ ਲਈ ਨਾ ਤਿੰਨ ਸਾਲਾਂ ਬਾਅਦ ਤਾਂ ਬਿਲਕੁਲ ਹੀ ਉਹਦੇ ਚ ਬਿਮਾਰੀਆਂ ਹੀ ਲੱਗਣੋਂ हट ਜਾਂਦੀਆਂ ਨੇ ਜੀ ਪਾਂ ਇੱਕ ਦੋ ਨੂੰ ਹੋਰ ਵੀ ਚੀਜ਼ ਦੱਸ ਦਈਏ ਕਿ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ ਇੱਕ ਪਹਿਲ ਮੰਡੀ ਚੱਲ ਰਹੀ ਆ ਜਿੱਥੇ ਹਰ ਇੱਕ ਚੀਜ਼ ਜਿਹੜੀ ਹੈਗੀ ਆ ਆਰਗੈਨਿਕ ਵਿੱਚ ਵੇਚੀ ਜਾਂਦੀ ਆ ਸਿੱਧੇ ਕਿਸਾਨ ਉਸ ਜਗ੍ਹਾ ਦੇ ਉੱਪਰ ਆ ਕੇ ਆਪਣੀ ਫਸਲ ਬੀਜਦੇ ਨੇ ਵਿੱਚ ਕੋਈ ਆੜਤੀ ਆ ਜਾਂ ਕੋਈ ਵਿਚੋਲਾ ਨਹੀਂ ਹੁੰਦਾ ਸਿਰਫ ਆਰਗੈਨਿਕ ਚੀਜ਼ਾਂ ਦੀ ਮੰਡੀ ਉੱਤੇ ਲਗਾਈ ਜਾਂਦੀ ਆ ਡਾਕਟਰ ਸਾਹਿਬ ਤੁਸੀਂ ਵੀ ਜ਼ਿਆਦਾਤਰ ਸਮਾਨ ਆਪਣਾ ਉੱਥੇ ਵੇਚਦੇ ਫਿਰ ਜੀ ਉੱਥੇ ਵੇਚਦੇ ਆ ਉੱਥੋਂ ਖਰੀਦਦੇ ਵੀ ਆ ਜਿਹੜਾ ਸਾਡੇ ਆਪ ਦੇ ਖੇਤ ਨਹੀਂ ਹੁੰਦਾ ਪੂਰਾ 1 ਸਾਲ 1 ਮਹੀਨੇ ਤੋਂ ਸਾਰਾ ਕੁਝ ਆਰਗੈਨਿਕ ਉਥੋਂ ਖਰੀਦੀਦਾ ਹੈ ਉਦੋਂ ਬਾਅਦ ਅਸੀਂ ਆਰਗੈਨਿਕ ਹੱਟ ਬਣਾ ਲਈਏ ਸਾਡੇ ਉਦਮੀ ਫਾਰਮਰ ਪ੍ਰੋਡਿਊਸਰ ਕੰਪਨੀ ਵੱਲੋਂ ਜਿਹੜਾ ਨਹੀਂ ਹੁੰਦਾ ਉਥੋਂ ਲੈ ਲੀਦਾ ਸਾਰੇ ਕਿਸਾਨਾਂ ਦਾ ਚੱਕ ਕੇ ਉਥੇ ਲੈ ਜਾਈਦਾ 6 ਦਿਨ ਉਥੇ ਵੇਚਦੇ ਆਂ ਜੀ ਤਾਂ ਹਲਦੀ ਤੁਹਾਡੇ ਸਾਹਮਣੇ ਹੈ ਦੇਖੋ ਇਹਦੇ ਕੁਸ ਵੀ ਮਿਹਨਤ ਨਹੀਂ ਨਾ ਜੀ ਹਲਦੀ ਲਾਤੀ ਮਲਚਿੰਗ ਕਰਤੀ ਪਰਾਲੀ ਨਾਲ ਪਰਾਲੀ ਬਿਲੇ ਲੱਗੀ ਇੱਕ ਵਾਰੀ ਕੋਟੀ ਕਰਨੀ ਪਈ ਸੀ ਇਹ ਤੋਂ ਬਸ਼ੁਰਾਤ ਕਰੀ ਸੀ ਬਿਮਾਰੀਆਂ ਜਨਮ ਲੈ ਰਹੀਆਂ ਨੇ ਅਸਲੀ ਕਾਰਨ ਕੀ ਸਮਝਦੇ ਹੋ ਰਸਾਇਣਿਕ ਖਾਦਾਂ ਤੋਂ ਰਸਾਇਣਿਕ ਚੀਜ਼ਾਂ ਤੋਂ ਬੱਚਿਆ ਕਿਵੇਂ ਜਾ ਸਕਦਾ ਬਸ ਇਹੀ ਜੀ ਇਹ ਬਿਮਾਰੀਆਂ ਤੋਂ ਬਚਣ ਦਾ ਹੁਣ ਆਪਣੇ ਹੂਮੀ ਭਾਵਾ ਕੈਂਸਰ ਇੰਸਟੀਚਿਊਟ ਸਿਵਲ ਹਸਪਤਾਲ ਚਲੇ ਜਾਓ ਮਰੀਜ਼ ਕੁਰਬਲ ਕੁਰਬਲ ਕਰਦੇ ਫਿਰਦੇ ਐਨਾ ਕੈਂਸਰ ਵੱਜ ਚੁੱਕਿਆ ਐਨਾ ਰੀਨਲ ਫੇਲਰ ਗੁਰਦੇ ਫੇਲ ਹੋ ਕੇ ਲੋਕੀ ਡਾਇਲਿਸਿਸ ਕਰਾਉਂਦੇ ਫਿਰਦੇ ਨੇ ਹਾਰਟ ਅਟੈਕ ਹੋ ਰਹੇ ਨੇ ਮੈਂਟਲੀ ਵੀ ਅਫਸੈਟ ਹੋਣਾ ਜਿਹਾ ਜਿਹਾ ਅਸੀਂ ਜ਼ਹਿਰੀਲਾ ਅੰਨ ਖਾਣੇ ਜੈਸਾ ਅੰਨ ਵੈਸਾ ਮਨ ਲੜਾਈਆਂ ਝੌਗੜੇ ਕਲਾ ਕਲੇਸ਼ ਸਭ ਕੁਝ ਦਾ ਕਾਰਨ ਹੀ ਹੈ ਜੇ ਅਸੀਂ ਆਰਗੈਨਿਕ ਖੇਤੀ ਤੇ ਆ ਜਾਂਦੇ ਆ ਹੌਲੀ ਹੌਲੀ ਦੀ ਪ੍ਰੋਡਕਸ਼ਨ ਵਧਾ ਕੇ ਇਹਨੂੰ ਨਾਰਮਲ ਰੇਟ ਤੇ ਲੈ ਆਉਂਦੇ ਆ ਹੁਣ ਸਾਡੀ ਕੋਸ਼ਿਸ਼ ਹੈ ਕਿ ਪ੍ਰੋਡਕਸ਼ਨ ਵਧਾ ਕੇ ਤੇ ਇਹਨੂੰ ਨਾਰਮਲ ਰੇਟ ਤੇ ਵੀ ਲੈ ਕੇ ਆਈਏ ਤਾ ਬਿਲਕੁਲ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਜ਼ਹਿਰੀਲਾ ਅੰਨ ਉਹ ਹੈ ਜਾਂ ਮੰਨ ਜੇ ਅਗਰ ਅਸੀਂ ਜ਼ਹਿਰੀਲੀਆਂ ਚੀਜ਼ਾਂ ਖਾਵਾਂਗੇ ਤਾਂ ਕਿੰਨਾ ਕਦੇ ਸਾਡੇ ਦਿਮਾਗ ਦੇ ਵਿੱਚ ਉਹ ਚੀਜ਼ ਨੇ ਕੰਮ ਕਰਨਾ ਸਾਡੇ ਸਰੀਰ ਦੇ ਉੱਪਰ ਜਿਹੜੇ ਬੁਰੇ ਪ੍ਰਭਾਵ ਨੇ ਉਹ ਜ਼ਹਿਰੇ ਜਿਹੜੇ ਜ਼ਹਿਰਾਂ ਨੇ ਉਹਨਾਂ ਨੇ ਪਾਉਣੇ ਨੇ ਤਾਂ ਡਾਕਟਰ ਸਾਹਿਬ ਜਿਸ ਤਰੀਕੇ ਦੇ ਨਾਲ ਆਪਣੇ ਖੇਤ ਦੇ ਵਿੱਚ ਹਰ ਇੱਕ ਚੀਜ਼ ਆਰਗੇਨਿਕ ਬੀਜ ਰਹੇ ਨੇ ਚਾਹੇ ਸਬਜ਼ੀ ਹੋਵੇ ਚਾਹੇ ਫਲ ਹੋਵੇ ਚਾਹੇ ਦੁੱਧ ਹੋਵੇ ਜਿਹੜੀਆਂ ਸ਼ਾਹੀਵਾਲ ਗਾਵਾਂ ਨੇ ਰੱਖੀਆਂ ਨੇ ਤਾਂ ਇਹੀ ਇੱਕ ਅਪੀਲ ਵੀ ਕਰ ਰਹੇ ਨੇ ਕਿ ਪੂਰੇ ਪੰਜਾਬ ਦੇ ਨਾਲ ਨਾਲ ਪੂਰੇ ਹਰਤ ਦੇ ਵਿੱਚ ਜਿਹੜੀਆਂ ਪ੍ਰੈਸਟੀਸਾਈਡਸ ਨੇ ਉਹਨਾਂ ਨੂੰ ਕਿਤਨੇ ਕਿਤੇ ਕਿਸਾਨ ਆ ਨਾ ਆਪਣੇ ਖੇਤਾਂ ਦੇ ਵਿੱਚ ਵਰਤਣ ਆਰਗੈਨਿਕ ਤਰੀਕੇ ਨਾਲ ਤੇ ਸਸਤੇ ਤਰੀਕੇ ਨਾਲ ਜਿਹੜੀ ਖੇਤੀ ਆ ਉਹ ਕਰਨ ਤਾਂ ਜੋ ਜਿਹੜੇ ਭਿਆਨਕ ਭਿਆਨਕ ਬਿਮਾਰੀਆਂ ਨੇ ਉਹਨਾਂ ਤੋਂ ਬਚਿਆ ਜਾ ਸਕੇ ਚਰਨਜੀਤ ਕੌਸ਼ਲ ਸੰਗਰੂਰ ਤੋਂ న్యూਸ 18 ਪੰਜਾਬ